ਪੁਲਿਸ ਵਾਲੇ ਡਾਕੇ ਨੂੰ ਲੱਗ ਖੜੇ ਹੁੰਦੇ ਨੇ, ਇਹਨਾਂ ਦਾ ਕਤਲ ਕਰ ਦੋ। ਪੁਲਿਸ ਵਾਲੇ ਡਾਕੇ ਨੂੰ ਲੱਗ ਖੜੇ ਹੁੰਦੇ ਨੇ, ਇਹਨਾਂ ਦਾ ਕਤਲ ਕਰ ਦੋ। ਜਿਹੜੇ ਤੂੰ ਇੱਦਾਂ ਦੇ ਮਿੱਥਿਆ ਸ਼ਬਦ ਬੋਲਦਾ ਹੈ, ਇਹ ਤੈਨੂੰ ਥੋੜ੍ਹਾ ਲੱਗਾ ਇਨਾਮ ਮਿਲਣ। ਗੁਰਬਾਣੀ ਵਿੱਚ ਲਿਖਿਆ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਵੇ। ਦੇਖ ਲਾ, ਸਾਡਾ ਤਨ ਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਹੀ ਹੋਇਆ। ਇਹ ਹੁਣ ਤੇਰਾ ਗਿਫਟ ਹੈ, ਇਹਨੂੰ ਪੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ। ਆ ਦੇਖ ਤਾਂ ਲਿਆ ਮੁੰਡਾ ਤੁਸੀਂ ਕਿ ਕਿਵੇਂ ਮੋਟਰਸਾਈਕਲ 'ਤੇ ਚੜ੍ਹ ਕੇ ਪੁਲਿਸ ਨੂੰ ਗਾਲ ਕੱਢ ਰਿਹਾ ਹੈ। ਹਾਲਾਂਕਿ ਇਸਨੇ ਆਪਣੇ ਮੂੰਹੋਂ ਨਹੀਂ ਕੱਢੀ, ਪਰ ਰੀਲ 'ਚ ਜਿਹੜੀ ਤੁਸੀਂ ਦੇਖ ਸਕਦੇ ਹੋ ਆਡੀਓ ਲੱਗੀ ਹੈ, ਉਸ ਦੇ ਵਿੱਚ ਪੁਲਿਸ ਨੂੰ ਗਾਲ ਕੱਢੀ ਜਾ ਰਹੀ ਹੈ। ਜੀ ਹਾਂ, ਤਾਂ ਪੁਲਿਸ ਤੱਕ ਇਹ ਵੀਡੀਓ ਪਹੁੰਚਦੀ ਹੈ, ਵਾਇਰਲ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਹੁਣ ਇਸ ਮੁੰਡੇ ਦੇ ਘਰ ਤੱਕ ਪਹੁੰਚ ਗਈ। ਇਸ ਨੂੰ ਚੁੱਕ ਥਾਣੇ ਲਿਆਈ, ਥਾਣੇ ਲਿਆ ਕੇ ਇਸਦਾ 1000 ਰੁਪਏ ਦਾ ਮੋਟਾ ਚਲਾਨ ਕੱਟਿਆ। ਤਾਂ ਸੋਸ਼ਲ ਮੀਡੀਆ 'ਤੇ ਆਏ ਦੇ ਨੌਜਵਾਨ ਆਪਣੀ ਚੜ੍ਹਤ ਬਣਾਉਣ ਦੇ ਲਈ ਨਵੇਂ ਨਵੇਂ ਤਰੀਕੇ ਲੱਭਦੇ ਰਹਿੰਦੇ ਨੇ, ਅਤੇ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਪੋਪੂਲਰ ਕਰਨ ਦੇ ਲਈ ਇੱਕ ਨੌਜਵਾਨ ਨੇ ਪੁਲਿਸ ਨੂੰ ਮੂੰਹ ਚੜਾਈ ਗਾਲ ਕੱਢਣ ਵਾਲੀ ਵੀਡੀਓ ਬਣਾਈ। ਬਸ ਫਿਰ ਕੀ ਸੀ, ਪੰਗਾ ਪੈ ਗਿਆ। ਪੁਲਿਸ ਤੱਕ ਵੀਡੀਓ ਪਹੁੰਚ ਗਈ। ਵੀਡੀਓ ਪੁਲਿਸ ਕੋਲ ਪਹੁੰਚਦੇ ਹੀ ਪੁਲਿਸ ਨੇ ਐਕਸ਼ਨ ਵੀ ਲੈ ਲਿਆ, ਅਤੇ PCR ਦੇ ਇੰਚਾਰਜ ਸੁਭਾਸ਼ ਭਗਤ, ਜਿਹੜੇ ਕਿ ਅੱਜ ਦਿਨ ਚਰਚਾ ਦੇ ਵਿੱਚ ਰਹਿੰਦੇ ਨੇ, ਕਾਫੀ ਇਹਨਾਂ ਦੇ ਵੱਲੋਂ ਚਲਾਨ ਕੱਟੇ ਗਏ। RTO ਆਫਿਸ ਦੀ ਮਦਦ ਦੇ ਨਾਲ ਇਸ ਬਾਈਕ 'ਤੇ ਲੱਗੇ ਨੰਬਰ ਪਲੇਟ ਦਾ ਨੰਬਰ ਲੱਭ ਕੇ ਬਾਈਕ ਦਾ ਐਡਰੈਸ ਲੱਭਿਆ ਗਿਆ, ਬਾਈਕ ਦਾ ਜਿਹੜਾ ਓਨਰ ਹੈ ਉਸਦਾ ਐਡਰੈਸ ਲੱਭਿਆ ਗਿਆ। ਤਾਂ ਪੁਲਿਸ ਨੌਜਵਾਨ ਦੇ ਘਰ ਪਹੁੰਚ ਜਾਂਦੀ ਹੈ, ਪਰ ਨੌਜਵਾਨ ਘਰ ਨਹੀਂ ਮਿਲਦਾ, ਤਾਂ ਪੁਲਿਸ ਫਿਰ ਨੌਜਵਾਨ ਦੇ ਕਾਲਜ ਬਾਹਰ ਚਲ ਜਾਂਦੀ ਹੈ, ਅਤੇ ਜਿੱਥੋਂ ਮੋਟਰਸਾਈਕਲ ਸਮੇਤ ਨੌਜਵਾਨ ਨੂੰ ਵੀ ਥਾਣੇ ਲਿਆਇਆ ਜਾਂਦਾ ਹੈ। ਤਾਂ ਉਸਦੇ ਘਰ ਵਾਲਿਆਂ ਨੂੰ ਵੀ ਬੁਲਾਇਆ ਗਿਆ, ਪੁਲਿਸ ਵਾਲੇ ਨੇ ਉਸਨੂੰ ਰੱਜ ਕੇ ਜਲੀਲ ਕੀਤਾ। ਤੁਸੀਂ ਸੁਣਿਓ ਇਹ ਵੀਡੀਓਜ਼, ਅਤੇ ਕਮੈਂਟ ਕਰਕੇ ਦੱਸੋ ਅਤੇ ਇਸ ਪੁਲਿਸ ਵਾਲੇ ਦੀ ਤਾਰੀਫ ਕਰੋ, ਕਿਉਂਕਿ ਇਹ ਆਪਣੇ ਵੱਲੋਂ ਇਸ ਤਰੀਕੇ ਦੇ ਐਗਜ਼ਾਮਪਲ ਸੈੱਟ ਕਰ ਰਿਹਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇਸ ਤਰੀਕੇ ਦੀ ਹਰਕਤਾਂ ਨਾ ਕਰਨ, ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਕਾਨੂੰਨ ਆਪਣੇ ਹੱਥ 'ਚ ਨਾ ਲੈਣ। ਜਿਹੜੇ ਤੂੰ ਇੱਦਾਂ ਦੇ ਮਿੱਥਿਆ ਸ਼ਬਦ ਬੋਲਦਾ ਹੈ, ਇਹ ਤੈਨੂੰ ਥੋੜ੍ਹਾ ਲੱਗਾ ਇਨਾਮ ਮਿਲਣ। ਗੁਰਬਾਣੀ ਵਿੱਚ ਲਿਖਿਆ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਵੇ। ਦੇਖ ਲਾ, ਸਾਡਾ ਤਨ ਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਹੀ ਹੋਇਆ। ਇਹ ਹੁਣ ਤੇਰਾ ਗਿਫਟ ਹੈ, ਇਹਨੂੰ ਪੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ, ਅਤੇ ਜਦੋਂ ਘਰ ਦੇ ਵਿੱਚ ਜਦੋਂ ਜਿੱਥੇ ਡਬਲ ਬੈੱਡ 'ਤੇ ਸੌਣਾ ਉਹਦੇ ਸਾਹਮਣੇ ਤੰਗ ਲੈਣਾ ਇਹਨੂੰ, ਅਤੇ ਜਦੋਂ ਘਰੋਂ ਨਿਕਲਣਾ ਇਹ ਤਾਂ ਵੇਖ ਕੇ ਲੰਘਣਾ। ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਹੈ, ਇਹਦਾ ਤੁਹਾਨੂੰ ਮੈਂ ਰਾਜ ਦੱਸਦਾ ਕੀ ਕਰਦੇ। ਇੱਦਾਂ ਦੇਖੋ ਨੰਬਰ ਪਲੇਟ ਲੱਗੀ ਆ, ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਆ, ਆਦੀ ਹੱਥ ਲਾਉਣ ਵਾਲੀ ਡਿੱਗ ਪਈ ਆ। ਇਹ ਕੀ ਕਰਦੇ ਆ, ਜਦੋਂ ਇਹ ਜੀ ਹਰਕਤਾਂ ਕਰਦੇ ਆ ਅਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ 'ਚ ਫੜ ਦਿੰਦੀ ਆ। ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇਹ ਕਿਹਦਾ? ਇਹ ਕੱਲ੍ਹ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੈੱਲ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ, SSP ਹੁਸ਼ਿਆਰਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈੱਲ ਹੈ, ਇੱਥੇ ਜਿਹੜੇ ਮੁਲਾਜ਼ਮ ਲਾਏ ਆ ਉਹਨਾਂ ਦੀ ਜਿਹੜੀ ਨਿਗਾਹ ਆ ਹਰ ਟਾਈਮ ਬਾਜ ਵਰਗੀ ਹੈ, ਅਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ 'ਚ ਦੇਖੋ, ਇਹ ਗਾਲੀ ਕੱਢ ਰਿਹਾ ਬੱਚਾ ਅਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲੈਂਦਾ, ਜਿਹਨੂੰ ਅਸੀਂ ਕੱਲ੍ਹ ਜਿਹੜੀ ਸਾਡੀ ਇੱਕ ਨੰਬਰ ਬੀਟ ਸੀਗੀ ASI ਗੁਰਦੀਪ ਸਿੰਘ, ASI ਸਤਨਾਮ ਸਿੰਘ, ਉਹਨਾਂ ਦੀ ਡਿਊਟੀ ਲਾਈ, ਇਹਦਾ ਐਡਰੈਸ ਕਢਾਓ DTO ਆਫਿਸ ਤੋਂ, RTO ਆਫਿਸ ਤੋਂ, ਅਤੇ ਮੈਨੂੰ ਸਵੇਰੇ ਦੱਸੋ। ਅਤੇ ਜਿਹਨਾਂ ਨੇ ਇਹਦੇ ਘਰ ਗਏ ਸਵੇਰੇ, ਇਹਦੇ ਘਰ ਜਾ ਕੇ ਦੇਖਿਆ ਇਹ ਘਰ ਹੈ ਨਹੀਂ ਸੀ, ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲੀਟੈਕਨੀਕਲ ਕਾਲਜ ਹੁਸ਼ਿਆਰਪੁਰ ਪੜ੍ਹਦਾ,
ਫਿਰ ਉੱਥੇ ਗਏ ਹਾਂ, ਉੱਥੋਂ ਜਾ ਕੇ ਇਹਦਾ ਮੋਟਰਸਾਈਕਲ ਜਿਹੜਾ ਅਸੀਂ ਫੜ ਲਿਆ। ਹੁਣ ਇਹਦੇ ਪੇਰੈਂਟਸ ਨੂੰ ਅਸੀਂ ਬੁਲਾਇਆ, ਉਹ ਆਉਂਦੇ ਆ, ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ, ਇਹਦਾ ਜੋ ਦਿਸ਼ਾ ਦਾ ਟ੍ਰੈਫਿਕ ਰੂਲ ਮੁਤਾਬਕ ਬਣਦਾ ਉਹ ਦੇ ਕੇ ਤੁਰਾਂਗੇ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੁਲਿਸ ਦੇ ਖਿਲਾਫ਼ ਬਣਾ ਕੇ ਪਾਈ ਸੀ, ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸਦਾ ਖਮਿਆਜ਼ਾ ਕੀ ਭੁਗਤਣਾ ਪਊਗਾ। ਅੱਜ ਮੈਨੂੰ ਹੁਸ਼ਿਆਰਪੁਰ ਪੁਲਿਸ ਨੇ ਮੋਟਰਸਾਈਕਲ ਦੇ ਸਮੇਤ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ, ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਣਾ ਕੇ ਨਾ ਪਾਈ ਜਾਵੇ ਅਤੇ ਹੁਸ਼ਿਆਰਪੁਰ ਪੁਲਿਸ ਕਿਸੇ ਗਲਤ ਬੰਦੇ ਨੂੰ ਬਖਸ਼ੇ।